ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਫਾਜ਼ਿਲਕਾ ਦੇ ਪਿੰਡ ਪੂਰਨ ਪੱਟੀ ਵਿੱਚ ਨਾਭਿਅਤਾ ਦੇ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਮੌਤ ਤੋਂ ਬਾਅਦ ਲੜਕੀ ਨੀਲਮ ਰਾਣੀ ਦੇ ਪਿਤਾ ਨੇ ਆਰੋਪ ਲਗਾਏ ਕਿ ਉਸ ਦੀ ਧੀ ਦਾ ਸਹੁਰੇ ਪਰਿਵਾਰ ਦੇ ਵੱਲੋਂ ਹੀ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲੜਕੀ ਦੇ ਪਿਤਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਲੜਕੀ ਦੇ ਨਾਲ ਬਲਾਤਕਾਰ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਨੀਲਮ ਰਾਣੀ ਦਾ ਵਿਆਹ ਇਸੇ ਪਿੰਡ ਦੇ ਰਹਿਣ ਵਾਲੇ ਫੌਜੀ ਨਾਲ 3 ਮਹੀਨੇ ਪਹਿਲਾਂ ਹੋਇਆ ਸੀ ਜੋ ਕਿ 3 ਮਹੀਨੇ ਦੀ ਗਰਭਵਤੀ ਵੀ ਸੀ। ਫਿਲਹਾਲ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਣੀ ਪਤਨੀ ਮਿੱਠਣ ਸਿੰਘ ਵਾਸੀ ਟਾਲੀ ਵਾਲਾ ਬੋਦਲਾ ਦੀ ਰਹਿਣ ਵਾਲੀ ਸੀ ਜਿਸ ਦੀ ਮੌਤ ਹੋ ਗਈ ਸੀ ਅਤੇ ਹਸਪਤਾਲ ਲੈ ਕੇ ਆਉਂਦਾ ਸੀ ਉਹਦੇ ਪਿਓ ਨੇ ਬਿਆਨ ਲਿਖਾਇਆ ਜੀ ਫੂਲਾ ਸਿੰਘ ਨੇ ਅਤੇ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਜੀ ਅਤੇ ਉਹ ਕਹਿੰਦਾ ਮੈਂ ਪੋਸਟਮਾਰਟਮ ਕਰਾਉਣਾ ਜੀ ਉਹ ਕਰਾ ਰਿਹਾ ਜੀ ਪੋਸਟਮਾਰਟਮ ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਅਮਲ 'ਚ ਲੈਂਦੀ ਜੀ। ਬਾਕੀ ਉਹਨਾਂ ਡਾਕਟਰਾਂ ਨੇ ਬੋਰਡ ਬੰਨਿਆ ਅਤੇ ਫਰੀਦਕੋਟ ਡੈੱਡ ਬੋਡੀ ਰੈਫਰ ਕਰਤੀ ਉੱਥੇ ਲੈ ਕੇ ਜਾ ਰਹੇ ਹਾਂ ਜੋ ਵੀ ਰਿਪੋਰਟ ਆਏਗੀ ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼।